ਅਸੀਂ ਅੱਜ ਪਹੁੰਚੇ ਆ ਡਾਕਟਰ ਅੰਮ੍ਰਿਤ ਵਿਰਕ ਨੇ ਪ੍ਰੋਫੈਸਰ ਕਮਿਊਨਿਟੀ ਮੈਡੀਸਨ ਨਾਲ ਗੱਲਬਾਤ ਕਰਾਂਗੇ ਕਿਉਂਕਿ ਕਿਸ ਤਰ੍ਹਾਂ ਦਾ ਜਿਹੜਾ ਬਚਾਅ ਹੈ ਕਿਉਂਕਿ ਕਈ ਇਸ ਤਰ੍ਹਾਂ ਦੇ ਪੇਸ਼ੈਂਟ ਜਿਹੜਾ ਹੈ ਹੁਣ ਆਉਣਾ ਵੀ ਸ਼ੁਰੂ ਹੋ ਚੁੱਕੇ ਨੇ ਔਰ ਕਿਸ ਤਰ੍ਹਾਂ ਸਾਵਧਾਨੀ ਵਰਤਣੀ। ਮੈਮ ਸਭ ਤੋਂ ਪਹਿਲਾਂ ਤਾਂ ਕਿਉਂਕਿ ਹੁਣ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ, ਫਲੱਡਸ ਜਾਂ ਫਿਰ ਇਸ ਤਰ੍ਹਾਂ ਦਾ ਜਿਹੜਾ ਮੌਸਮ ਦਾ ਬਦਲਾਵ ਹੋਇਆ, ਡੇਂਗੀ ਦੀ ਜਾਂ ਫਿਰ ਹੋਰ ਜਿਹੜੀ ਬਿਮਾਰੀਆਂ ਇਹਨਾਂ ਦੀ ਕਾਫੀ ਸ਼ਿਕਾਇਤ ਆਉਂਦੀ ਹੈ, ਕਿਸ ਤਰ੍ਹਾਂ ਦੇ ਲੱਛਣ ਨੇ ਤੇ ਦੂਜਾ ਕਿਸ ਤਰ੍ਹਾਂ ਬਚਿਆ ਜਾਵੇ? ਹਾਂਜੀ, ਸਤਿ ਸ੍ਰੀ ਅਕਾਲ। ਜਿਹੜਾ ਤੁਸੀਂ ਹੁਣ ਪੁੱਛਿਆ ਕਿ ਮੌਨਸੂਨ ਨੇ ਦਸਤਕ ਦੇ ਚੁੱਕੇ ਹੈਗੇ, ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਤੇ ਆਪਾਂ ਕਿਸ ਕਿਹੜੀ ਕਿਹੜੀ ਬਿਮਾਰੀਆਂ ਤੋਂ ਬਚਣਾ ਹੈਗਾ? ਪਹਿਲਾਂ ਜੇ ਆਪਾਂ ਡੇਂਗੂ ਦੀ ਗੱਲ ਕਰੀਏ ਤੇ ਯੈਸ, ਦਿਸ ਇਜ਼ ਦਾ ਟਾਈਮ ਜਦੋਂ ਆਪਾਂ ਨੂੰ ਡੇਂਗੀ ਦੇ ਪ੍ਰੀਕੋਸ਼ਨਰੀ ਮੇਜਰਸ ਲੈਣੇ ਸ਼ੁਰੂ ਕਰ ਲੈਣੇ ਚਾਹੀਦੇ ਹੈਗੇ ਆ, ਕਿਉਂਕਿ ਡੇਂਗੀ ਦਾ ਜਿਹੜਾ ਮੱਛਰ ਹੈ, ਪਹਿਲਾਂ ਥੋੜਾ ਮੈਂ ਦੱਸਦਾ ਕਿ ਏਡੀਜ਼ ਮਸਕੀਟੋ ਹੈਗਾ ਔਰ ਇਹ ਮੱਛਰ ਸਾਫ ਪਾਣੀ ਵਿੱਚ ਰਹਿੰਦਾ ਹੈਗਾ ਤੇ ਜਿੱਥੇ ਵੀ ਆਪਣੇ ਗਮਲੇ ਹੈਗੇ ਹੈ, ਟਾਇਰ ਹੁੰਦੇ ਹੈ ਜਾਂ ਕੂਲਰ ਹੁੰਦੇ ਹੈ ਜਿਨ੍ਹਾਂ ਵਿੱਚ ਇਹ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਤੇ ਇਸ ਮੱਛਰ ਦਾ ਜਿਹੜਾ ਲਾਈਫ ਸਾਈਕਲ ਹੈ ਨਾ, ਉਹ ਹਫ਼ਤੇ ਵਿੱਚ ਮਤਲਬ ਇਹ ਮੱਛਰ ਅੰਡੇ ਤੋਂ ਪੂਰਾ ਮੱਛਰ ਬਣ ਜਾਂਦਾ ਹੈਗਾ। ਐਂਡ ਇਸ ਕਰਕੇ ਜੇ ਤੁਹਾਨੂੰ ਸਰਕਾਰ ਦੀ ਵੀ ਹਿਦਾਇਤਾਂ ਯਾਦ ਹੋਣਗੀਆਂ ਤੇ ਪੰਜਾਬ ਸਰਕਾਰ ਨੇ ਇੱਕ ਐਵਰੀ ਫਰਾਈਡੇ ਡਰਾਈ ਡੇ ਰੱਖਿਆ ਹੋਇਆ ਤੇ ਉਹਦਾ ਮਤਲਬ ਇਹ ਹੈਗਾ ਕਿ ਜੇ ਆਪਾਂ ਹਫ਼ਤੇ ਵਿੱਚ ਆਪਣੇ ਕੂਲਰ, ਗਮਲੇ, ਟੈਂਕ ਜਿਹੜੇ ਵੀ ਆਸ ਪਾਸ ਜਿੱਥੇ ਪਾਣੀ ਇਕੱਠਾ ਹੋ ਸਕਦਾ ਉਹਨਾਂ ਨੂੰ ਖਾਲੀ ਕਰਕੇ ਸਾਫ਼ ਰੱਖੀਏ ਤੇ ਮੱਛਰ ਨੂੰ ਇਹ ਮੌਕਾ ਨਹੀਂ ਮਿਲਦਾ ਹੈਗਾ ਕਿ ਉਹ ਅੰਡੇ ਤੋਂ ਪੂਰਾ ਮੱਛਰ ਬਣ ਕੇ ਆਪਾਂ ਨੂੰ ਕੱਟ ਸਕੇ। ਦੂਸਰੀ ਚੀਜ਼ ਜਿਹੜੇ ਯਾਦ ਰੱਖਣ ਵਾਲੀ ਗੱਲ ਹੈ ਕਿ ਇਹ ਮੱਛਰ ਡੇ ਬਾਈਟਰ ਹੈ, ਇਹ ਦਿਨ ਦੇ ਟਾਈਮ ਆਪਾਂ ਨੂੰ ਬਾਈਟ ਕਰਦਾ ਹੈਗਾ ਤੇ ਸਾਫ਼ ਸਫਾਈ ਰੱਖਣ ਤੋਂ ਇਲਾਵਾ ਆਪਾਂ ਨੂੰ ਇਸ ਮੌਸਮ ਵਿੱਚ ਖਾਸ ਧਿਆਨ ਰੱਖਣਾ ਚਾਹੀਦਾ ਕਿ ਆਪਣਾ ਪੂਰੀ ਬਾਜੂ ਵਾਲੇ ਕੱਪੜੇ ਪਾਈਏ, ਖਾਸ ਕਰ ਬੱਚਿਆਂ ਨੂੰ ਜਿਹੜੇ ਪਾਰਕ ਵਗੈਰਾ ਵਿੱਚ ਖੇਡਦੇ ਹੈਗੇ ਆ ਸ਼ਾਮ ਦੇ ਟਾਈਮ ਤੇ ਜੇ ਆਪਾਂ ਆਪਣੇ ਆਪ ਨੂੰ ਸਹੀ ਤਰੀਕੇ ਦੇ ਕੱਪੜਿਆਂ ਤੋਂ ਵੀ ਕਵਰ ਕਰਕੇ ਰੱਖਾਂਗੇ ਤੇ ਆਪਾਂ ਇਸ ਮੱਛਰ ਦੀ ਬਾਈਟਸ ਤੋਂ ਬਚ ਸਕਦੇ ਹੈਗੇ ਆ। ਐਂਡ ਇਸ ਤੋਂ ਇਲਾਵਾ ਜਿਹੜੇ ਲੱਛਣ ਹੈਗੇ ਹੈ, ਬੁਖਾਰ ਆਉਣਾ, ਕਾਫੀ ਸਿਰ ਵਿੱਚ ਦਰਦ ਹੋਣਾ, ਅੱਖਾਂ ਦੇ ਪਿੱਛੇ ਦਰਦ ਹੋਣਾ ਜਾਂ ਮਾਸਪੇਸ਼ੀਆਂ ਵਿੱਚ ਦਰਦ ਹੋਣਾ, ਕਈ ਕਈ ਕੇਸਿਸ ਵਿੱਚ ਉਲਟੀ ਵਗੈਰਾ ਵੀ ਆ ਸਕਦੀ ਹੈ ਤੇ ਬਹੁਤ ਸਿਵੀਅਰ ਜਦੋਂ ਹੋ ਜਾਂਦੇ ਉਦੋਂ ਨੱਕ ਜਾਂ ਮੂੰਹ ਰਾਹੀਂ ਥੋੜਾ ਖੂਨ ਵਗੈਰਾ ਵੀ ਨਿਕਲ ਸਕਦਾ ਤੇ ਇਸ ਚੀਜ਼ ਦਾ ਧਿਆਨ ਰੱਖਣਾ ਕਿ ਜਦੋਂ ਵੀ ਕੋਈ ਇੱਦਾਂ ਦੇ ਲੱਛਣ ਆਉਂਦੇ ਹੈਗੇ ਜਲਦ ਤੋਂ ਜਲਦ ਤੁਸੀਂ ਕਿਸੇ ਵੀ ਹਸਪਤਾਲ ਵਿੱਚ ਪਹੁੰਚੋ, ਆਪਣੀ ਪੂਰੀ ਜਾਂਚ ਵਗੈਰਾ ਕਰਵਾਓ। ਜੇ ਤਾਂ ਬੁਖਾਰ 5 ਦਿਨਾਂ ਤੋਂ ਘੱਟ ਹੁੰਦਾ ਹੈ ਫਿਰ ਆਪਾਂ NS1 ਐਂਟੀਜਨ ਦਾ ਟੈਸਟ ਕਰਦੇ ਹਾਂ, ਉਸ ਤੋਂ ਜ਼ਿਆਦਾ ਹੁੰਦਾ ਤਾਂ ਆਪਾਂ IgM ਟੈਸਟ ਕਰਦੇ ਹੈਗੇ ਹਾਂ ਐਂਟੀਬੋਡੀ ਲਈ। ਐਂਡ ਇਹਨਾਂ ਇਹ ਦੋਵੇਂ ਟੈਸਟ ਬਿਲਕੁਲ ਮੁਫ਼ਤ ਹੁੰਦੇ ਹੈ ਹਰ ਸਰਕਾਰੀ ਹਸਪਤਾਲ ਵਿੱਚ। ਐਂਡ ਜੇ ਪੋਜ਼ਿਟਿਵ ਆ ਜਾਂਦੇ ਹੈ ਇਹਦੀ ਰਿਪੋਰਟਿੰਗ ਵੀ ਹੁੰਦੀ ਹੈ ਆਪਣੇ IDSP ਸੈੱਲ ਦੇ ਥਰੂ, ਕਿਉਂਕਿ ਇਹ ਪ੍ਰੋਗਰਾਮ ਡੇਂਗੂ ਪ੍ਰੀਵੈਂਸ਼ਨ ਨੈਸ਼ਨਲ ਵੈਕਟਰਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਦੇ ਅੰਡਰ ਆਉਂਦਾ ਹੈ ਤੇ ਇਸ ਦੀ ਪੂਰੀ ਟ੍ਰੀਟਮੈਂਟ ਵੀ ਸਰਕਾਰੀ ਹਸਪਤਾਲਾਂ ਵਿੱਚ ਟੈਸਟ ਤੇ ਟ੍ਰੀਟਮੈਂਟ ਮੁਫ਼ਤ ਕੀਤੀ ਜਾਂਦੀ ਹੈ। ਇਹਦਾ ਕੋਈ ਏਜ ਲਿਮਿਟ ਵੀ ਹੈਗੀ ਹੈ ਜਿੱਦਾਂ ਤੁਸੀਂ ਕਿਹਾ ਕਿ ਬੱਚਿਆਂ ਨੂੰ ਵੀ, ਹਾਲਾਂਕਿ ਬੱਚਿਆਂ ਨੂੰ ਵੀ ਬੜਾ ਧਿਆਨ ਰੱਖਣਾ ਹੈ, ਉਹਨਾਂ ਨੂੰ ਪੂਰਾ ਕਵਰ ਕਰਕੇ ਰੱਖਣਾ, ਇਹਦੀ ਏਜ ਲਿਮਿਟ ਵੀ ਹੁੰਦੀ ਹੈ ਕਿ ਬਜ਼ੁਰਗ ਜਾਂ ਫਿਰ ਇਸ ਤਰ੍ਹਾਂ ਦੇ ਕੋਈ ਪੇਸ਼ੈਂਟ ਹੈ ਉਹਨਾਂ ਨੂੰ ਜਿਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ? ਨਹੀਂ, ਐਸਾ ਕੁਝ ਏਜ ਲਿਮਿਟ ਨਹੀਂ। ਮੱਛਰ ਤਾਂ ਦੇਖੋ ਕਿਸੇ ਨੂੰ ਵੀ ਕੱਟ ਲੈਂਦਾ ਤੇ ਮੱਛਰ ਇਹ ਦੇਖ ਕੇ ਨਹੀਂ ਕੱਟਦਾ ਕਿ ਬੱਚਾ ਹੈ ਕਿ ਬੜਾ ਹੈ ਤੇ ਹਾਂ, ਇੰਨਾ ਜ਼ਰੂਰ ਹੈ ਕਿ ਜੇ ਮਤਲਬ ਬਜ਼ੁਰਗਾਂ ਵਿੱਚ ਆਪਾਂ ਨੂੰ ਜ਼ਿਆਦਾ ਆਪਾਂ ਹਾਂ ਥੋੜਾ ਇਮਿਊਨਿਟੀ ਨੂੰ ਲੈ ਕੇ ਆਪਾਂ ਧਿਆਨ ਰੱਖਦੇ ਹਾਂ, ਪਰ ਵੈਸੇ ਮੱਛਰ ਕਿਸੇ ਨੂੰ ਵੀ ਕੱਟ ਸਕਦਾ ਜੀ। ਤੇ ਕਿਉਂਕਿ ਇਟ ਇਜ਼ ਅ ਡੇ ਬਾਈਟਰ, ਇਸ ਲਈ ਮੈਂ ਕਿਹਾ ਕਿ ਆਪਣੇ ਪੂਰੀ ਬਾਜੂ ਵਾਲੇ ਕੱਪੜੇ ਕੁੱਪੜੇ ਬੰਦਾ ਮਤਲਬ ਪਹਿਨ ਕੇ ਰੱਖੇ ਤੇ ਬਾਕੀ ਤੇ ਮਤਲਬ ਧਿਆਨ ਰੱਖਣ ਵਾਲੀ ਗੱਲ ਹੈਗੀ ਹੈ ਕਿ ਜਦੋਂ ਵੀ ਬੁਖਾਰ ਆਉਂਦਾ ਹੈ ਇਹਦੇ ਲਈ ਆਪਾਂ ਸਿੰਪਲ ਪੈਰਾਸੀਟਾਮੋਲ ਦੀ ਗੋਲੀ ਲੈਣੀ ਹੈ, ਐਸਪਰਿਨ ਬਰੂਫੇਨ ਨਹੀਂ ਲੈਣਾ ਚਾਹੀਦਾ ਕਿਉਂਕਿ ਉਹਦੇ ਨਾਲ ਫਿਰ ਕੰਪਲੀਕੇਸ਼ਨਸ ਹੋ ਸਕਦੀਆਂ। ਤੇ ਇਸ ਕਰਕੇ ਮੈਂ ਕਿਹਾ ਸੀਗਾ ਕਿ ਜਦੋਂ ਵੀ ਬੁਖਾਰ ਜਾਂ ਇੱਦਾਂ ਦੇ ਕੋਈ ਲੱਛਣ ਆਉਂਦੇ ਹੈ ਬੈਸਟ ਹੈ ਜੀ ਤੁਸੀਂ ਡਾਕਟਰ ਦੇ ਕੋਲ ਜਾਓ, ਆਪਣੇ ਟੈਸਟ ਕਰਾਓ ਤੇ ਜੇ ਉਹ ਪੋਜ਼ਿਟਿਵ ਆਉਂਦਾ ਫਿਰ ਉਸ ਦਾ ਅਕੋਰਡਿੰਗਲੀ ਉਹਦੀ ਮੈਨੇਜਮੈਂਟ ਕੀਤੀ ਜਾਵੇ। ਪੰਜਾਬ ਸਰਕਾਰ ਵੱਲੋਂ ਕਈ ਜਿਹੜੇ ਇਨੀਸ਼ੀਏਟਿਵ ਲਿੱਤੇ ਗਏ ਨੇ, ਲਾਸਟ ਟਾਈਮ ਵੀ ਅਸੀਂ ਦੇਖਿਆ ਕਿ ਲਗਾਤਾਰ ਅਵੇਅਰਨੈਸ ਤੇ, ਕਿਉਂਕਿ ਸਲਮ ਏਰੀਆ, ਕਲੋਨੀ ਏਰੀਆ, ਹਾਸਪਿਟਲ ਦੀ ਅਸੀਂ ਗੱਲ ਕਰ ਲਈ, ਕਿਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਪੂਰਾ ਅਰੇਂਜਮੈਂਟਸ ਕੀਤੇ ਹੋਏ ਨੇ, ਕਿਉਂਕਿ ਇਸ ਟਾਈਮ ਖਾਸ ਤੌਰ ਤੇ ਬੈਡਸ ਦੀ ਅਵੇਲੇਬਿਲਿਟੀ, ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਟਾਈਮ ਟੂ ਟਾਈਮ ਜਾ ਕੇ ਉੱਥੇ ਛਿੜਕਾਵ ਕਰਨਾ? ਹਾਂਜੀ, ਸਰਕਾਰ ਵੱਲੋਂ ਇਹ ਹਮੇਸ਼ਾ ਹਿਦਾਇਤਾਂ ਵੀ ਰਹੀਆਂ ਤੇ ਸਰਕਾਰ ਵੱਲੋਂ ਇਹ ਸਟੈਪਸ ਵੀ ਲਏ ਜਾਂਦੇ ਹੈਗੇ ਤੇ ਤੁਸੀਂ ਵੀ ਦੇਖਿਆ ਹੋਣਾ ਜਿੱਥੇ ਤੁਸੀਂ ਰਹਿ ਰਹੇ ਹੋ
ਬਾਰਿਸ਼ਾਂ ਦੇ ਮੌਸਮ ਤੋਂ ਆਉਣ ਤੋਂ ਪਹਿਲਾਂ ਹੀ ਬਲਕਿ ਦਵਾਈ ਦਾ ਛਿੜਕਾਅ ਸ਼ੁਰੂ ਹੋ ਜਾਂਦਾ ਹੈ ਅਤੇ ਇੱਥੇ ਵੀ ਸਾਡੇ ਹੋਸਪਿਟਲ ਦੇ ਅੰਦਰ ਵੀ ਅਸੀਂ ਇਨਫੈਕਟ ਸਾਨੂੰ ਵੀ ਡੈਂਗੀ ਪ੍ਰੀਕੋਸ਼ਨਰੀ ਮੈਜਰਸ ਦੀ ਹਿਦਾਇਤ ਆਈ ਹੋਈ ਹੈ ਅਤੇ ਅਸੀਂ ਹਫ਼ਤੇ ਵਿੱਚ ਇੱਕ ਵਾਰੀ ਆਪਣੇ ਸਿਵਲ ਸਰਜਨ ਆਫਿਸ ਦੇ ਥਰੂ ਪੂਰੇ ਹੋਸਪਿਟਲ ਦੀ ਵੀ ਸਪਰੇਇੰਗ ਦਾ ਪੂਰਾ ਬੰਦੋਬਸਤ ਰੱਖੀਦਾ ਹੈ ਅਤੇ ਜਿੱਥੇ ਵੀ ਪਾਣੀ ਦੀ ਕਲੈਕਸ਼ਨ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਵੀ ਅਸੀਂ ਰਿਮੂਵ ਕਰੀਏ ਅਤੇ ਇਸ ਤੋਂ ਇਲਾਵਾ ਮੈਂ ਜਿਹੜਾ ਤੁਹਾਨੂੰ ਕਿਹਾ ਸੀਗਾ ਕਿ ਟੈਸਟ ਵਗੈਰਾ ਤਾਂ ਮੁਫ਼ਤ ਹੁੰਦੇ ਹੀ ਹੈ, ਬੈੱਡ ਸਾਡੇ ਕੋਲ ਪੂਰੇ ਅਵੇਲੇਬਲ ਹੈ, ਪੂਰੀ ਸਾਡੇ ਕੋਲ ਹਸਪਤਾਲ ਵਿੱਚ ਡਿਸਟ੍ਰਿਕਟ ਹੋਸਪਿਟਲ ਐਂਡ ਡਾਕਟਰ ਬੀ ਆਰ ਅੰਬੇਡਕਰ ਸਟੇਟ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਜਿਹੜਾ ਇਕੱਠਾ ਹੈ, ਪੂਰੀ ਸਾਡੇ ਕੋਲ ਅਰੇਂਜਮੈਂਟ ਇਹਦੇ ਲਈ ਪੂਰੀ ਹੈਗੀ ਹੈ। ਮੈਮ ਲਾਸਟ ਟਾਈਮ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੋਈ, ਓਬਵੀਅਸਲੀ ਫਲੱਡ ਆਇਆ, ਹੈਜ਼ਾ ਜਿਹੜਾ ਹੈਗਾ ਉਹ ਇੱਥੇ ਮੋਹਾਲੀ ਦਾ ਹੀ ਬਲੋਂਗੀ ਏਰੀਆ ਸੀਗਾ, ਕਲੋਨੀ ਏਰੀਆ, ਉੱਥੇ ਕਾਫੀ ਜ਼ਿਆਦਾ ਪ੍ਰੋਬਲਮਸ ਆਈ ਲੋਕਾਂ ਨੂੰ ਕਾਫੀ ਹੈ, ਉਹ ਚੀਜ਼ਾਂ ਦੁਬਾਰਾ ਨਾ ਹੋਣ, ਉਸ ਨੂੰ ਲੈ ਕੇ ਹੋਰ ਵੀ ਕਿਸੇ ਤਰ੍ਹਾਂ ਦੇ ਅਰੇਂਜਮੈਂਟ ਕੀਤੇ ਗਏ ਨੇ? ਡੇਂਗੂ ਤੋਂ ਇਲਾਵਾ ਹੋਰ ਵੀ ਜਿਹੜੀ ਬਿਮਾਰੀਆਂ ਦੀ ਤੁਸੀਂ ਗੱਲਬਾਤ ਕੀਤੀ ਉਹਦੇ ਕਿਸ ਜਿਵੇਂ ਤੁਸੀਂ ਕੋਲਰਾ ਬਾਰੇ ਵੀ ਹੁਣ ਪੁੱਛ ਰਹੇ ਹੈਗੇ ਹੋ, ਲਾਸਟ ਈਅਰ ਅਸੀਂ ਦੇਖਿਆ ਸੀਗਾ ਕਿਉਂਕਿ ਫਲੱਡਿੰਗ ਸਿਚੁਏਸ਼ਨ ਹੋ ਗਈ ਸੀ ਬਲੋਂਗੀ ਵਿੱਚ, ਸਾਡੇ ਕੋਲ ਮਤਲਬ ਮੋਹਾਲੀ ਦੇ ਕਈ ਏਰੀਆਜ਼ ਵਿੱਚੋਂ ਸਾਡੇ ਕੋਲ ਡਾਇਰੀਆ ਵਗੈਰਾ ਦੇ ਕੇਸਿਸ ਆ ਰਹੇ ਸੀਗੇ, ਕੁਝ ਕੋਲਰਾ ਦੇ ਕੇਸਿਸ ਵੀ ਆਏ ਹੈਗੇ ਹੈ ਅਤੇ ਇਹਦੀ ਅਰੇਂਜਮੈਂਟ ਅਸੀਂ ਇੱਦਾਂ ਹੀ ਕਰਦੇ ਹਾਂ ਕਿ ਅਸੀਂ ਕਮਿਊਨਿਟੀ ਵਿੱਚ ਅਵੇਅਰਨੈਸ ਕ੍ਰੀਏਟ ਕਰਦੇ ਹਾਂ, ਲੋਕਾਂ ਨੂੰ ਦੱਸਦੇ ਹਾਂ ਕਿ ਆਪਾਂ ਕਿਵੇਂ ਇਸ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਬਾਹਰ ਓਪਨ ਵਿੱਚ ਖਾਣਾ ਖਾਣਾ ਜਿੱਥੇ ਖਾਸ ਕਰ ਮੱਖੀਆਂ ਵਗੈਰਾ ਕਾਫੀ ਜ਼ਿਆਦਾ ਹੁੰਦੀਆਂ, ਆਪਣੀ ਪਰਸਨਲ ਹਾਈਜੀਨ ਦਾ ਧਿਆਨ ਰੱਖਣਾ ਅਤੇ ਇਸ ਤੋਂ ਇਲਾਵਾ ਜਿਹੜਾ ਸਰਕਾਰ ਵੱਲੋਂ ਹੈਗਾ ਕਲੋਰੀਨੇਟਿਡ ਵਾਟਰ ਸਾਡੇ ਕੋਲ ਆ ਹੀ ਰਿਹਾ ਹੈਗਾ। ਬਾਕੀ ਅਸੀਂ ਲਾਸਟ ਈਅਰ ਵੀ ਕੀਤਾ ਸੀਗਾ ਕਿ ਜਿੱਥੇ ਵੀ ਸਾਨੂੰ ਕੋਲਰਾ ਦੇ ਕੇਸਿਸ ਜਾਂ ਡਾਇਰੀਆ ਦੇ ਕੇਸਿਸ ਜ਼ਿਆਦਾ ਆ ਰਿਪੋਰਟ ਜਿੱਥੋਂ ਰਿਪੋਰਟ ਹੋ ਰਹੇ ਸੀ, ਅਸੀਂ ਉੱਥੇ ਜਾ ਕੇ ਮੈਡੀਕਲ ਸਟੂਡੈਂਟਸ ਨੂੰ ਲੈ ਕੇ ਐਂਡ ਈਵਨ ਪੰਜਾਬ ਸਰਕਾਰ ਆਪਣੇ ਸਿਵਲ ਸਰਜਨ ਆਫਿਸ ਵੱਲੋਂ ਕਾਫੀ ਆਫੀਸ਼ੀਅਲਸ, ਹਾਂਜੀ ਅਸੀਂ ਕੈਂਪ ਮੈਡੀਕਲ ਕੈਂਪ ਤਾਂ ਰੈਗੂਲਰਲੀ ਲਗਾ ਹੀ ਰਹੇ ਸੀ। ਅਵੇਅਰਨੈਸ ਕ੍ਰੀਏਟ ਕਰਨੀ ਦੇਖੋ ਜ਼ਰੂਰੀ ਹੈ ਇਸ ਟਾਈਮ 'ਤੇ ਈਵਨ ਕਲੋਰੀਨ ਦੀਆਂ ਟੈਬਲੇਟਸ ਅਸੀਂ ਜਾ ਕੇ ਘਰੇ ਵੰਡੀਆਂ ਸੀਗੀਆਂ ਜਿੱਥੇ ਲੋਕਾਂ ਨੂੰ ਦੱਸਿਆ ਗਿਆ ਸੀਗਾ ਕਿ ਪਾਣੀ ਸਾਫ਼ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈਗੀ ਹੈ ਅਤੇ ਬਾਏ ਚਾਂਸ ਕਲੋਰੀਨ ਟੈਬਲੇਟਸ ਨਹੀਂ ਹੈਗੀਆਂ, ਬੜਾ ਸਿੰਪਲ ਪ੍ਰੋਸੈਸ ਹੈ, ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਪੀ ਲੈਣਾ ਅਤੇ ਮਤਲਬ ਇਹ ਛੋਟੀ ਛੋਟੀ ਚੀਜ਼ਾਂ ਜਿਸ ਦਾ ਆਪਾਂ ਨੂੰ ਧਿਆਨ ਰੱਖਣਾ ਹੈ। ਪਰਸਨਲ ਹਾਈਜੀਨ ਜਿੱਥੇ ਡਾਇਰੀਆ ਹੈਜਾ ਦੀ ਆਪਾਂ ਗੱਲ ਕਰਦੇ ਹਾਂ, ਪਰਸਨਲ ਹਾਈਜੀਨ ਦਾ ਬਹੁਤ ਇੰਪੋਰਟੈਂਟ ਰੋਲ ਹੈ ਕਿਉਂਕਿ ਲਾਸਟ ਟਾਈਮ ਦੇਖਿਆ ਗਿਆ ਸੀਗਾ ਕਿ ਜਿਹੜਾ ਗੰਦਾ ਪਾਣੀ ਹੈ ਜਾਂ ਸੀਵਰੇਜ ਦਾ ਪਾਣੀ ਉਹਦੇ ਵਿੱਚ ਮਿਕਸ ਹੋ ਰਿਹਾ ਸੀਗਾ ਪਾਣੀ ਪੀਣਾ ਅਤੇ ਇਹ ਕੋਆਰਡੀਨੇਸ਼ਨ ਵੀ ਤੁਹਾਡੀ ਰਹਿੰਦੀ ਹੈ MC ਦੇ ਨਾਲ ਜਾਂ ਪ੍ਰਸ਼ਾਸਨ ਦੇ ਨਾਲ ਕਿ ਇਸ ਤਰ੍ਹਾਂ ਦੀ ਚੀਜ਼ਾਂ ਦੁਬਾਰਾ ਤੋਂ ਨਾ ਹੋ? ਹਾਂਜੀ ਸਾਡੀ ਇਹ ਕੋਆਰਡੀਨੇਸ਼ਨ ਰਹਿੰਦੀ, ਉਹ ਤਾਂ ਵੈਸੇ MC ਦੀ ਹੀ ਰਿਸਪੋਨਸਿਬਿਲਿਟੀ ਹੈਗੀ ਹੈ ਕਿ ਕਲੋਰੀਨੇਟਿਡ ਵਾਟਰ ਸਾਰਿਆਂ ਨੂੰ ਪਹੁੰਚਾਇਆ ਜਾਏ ਅਤੇ ਅਸੀਂ ਤਾਂ ਅਵੇਅਰਨੈਸ ਕ੍ਰੀਏਟ ਕਰ ਸਕਦੇ ਹਾਂ ਕਿ ਜਦੋਂ ਇੱਦਾਂ ਦੇ ਕੋਈ ਕੇਸਿਸ ਆ ਰਹੇ ਹੋਣ ਬੱਚਿਆਂ ਵਿੱਚ, ਖਾਸ ਕਰਕੇ ਜਦੋਂ ਡਾਇਰੀਆ ਰਿਪੋਰਟ ਹੁੰਦਾ ਤਾਂ ਬੱਚੇ ਨੂੰ ਜਲਦ ਤੋਂ ਜਲਦ ਮਤਲਬ ਡਾਕਟਰ ਦੇ ਕੋਲ ਲੈ ਕੇ ਜਾਇਆ ਜਾਏ। ਮਤਲਬ ਵੇਟ ਨਾ ਕਰੋ ਕਿ ਬੱਚਾ ਮਤਲਬ ਇਸ ਪੋਜੀਸ਼ਨ 'ਤੇ ਆ ਜਾਏ ਜਿਸ ਤੋਂ ਰਿਵਰਟ ਬੈਕ ਕਰਨਾ ਮੁਸ਼ਕਿਲ ਹੋਏ ਅਤੇ ਇਹਦੇ ਵਿੱਚ ਹਾਈਡਰੇਸ਼ਨ ਦਾ ਵੀ ਬਹੁਤ ਇੰਪੋਰਟੈਂਟ ਰੋਲ ਹੈ। ਆਪਾਂ ਜਿਵੇਂ ਕਲੋਰੀਨ ਦੀ ਟੈਬਲੇਟਸ ਦੀਆਂ ਗੱਲ ਕਰ ਰਹੇ ਹਾਂ, ORS ਓਰਲ ਰੀਹਾਈਡਰੇਸ਼ਨ ਸੋਲਿਊਸ਼ਨ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੁੰਦਾ ਇਸ ਵਿੱਚ ਕਿ ਇਮੀਡੀਏਟਲੀ ਬੱਚੇ ਨੂੰ ਰੀਹਾਈਡਰੇਟ ਕੀਤਾ ਜਾਏ ਅਤੇ ਉਸ ਪੁਆਇੰਟ 'ਤੇ ਨਾ ਪਹੁੰਚਿਆ ਜਾਏ ਜਿੱਥੇ ਸਾਨੂੰ IV ਫਲੂਇਡਸ ਦੀ ਜ਼ਰੂਰਤ ਪੈ ਜਾਏ। ਅਤੇ ਤਾਂ ਹੀ ਮੈਂ ਬਾਰ ਬਾਰ ਇਹੀ ਕਹਾਂਗੀ ਕਿ ਜੇ ਬੱਚਿਆਂ ਨੂੰ ਖਾਸ ਕਰਕੇ, ਵੱਡਿਆਂ ਨੂੰ ਤਾਂ ਹੈ ਹੀ ਹੈ ਅਤੇ ਜੇ ਬੱਚਿਆਂ ਨੂੰ ਖਾਸ ਕਰਕੇ ਡਾਇਰੀਆ ਮਤਲਬ ਲੂਜ਼ ਸਟੂਲਸ ਦੀ ਸ਼ਿਕਾਇਤ ਆਏ ਜਾਂ ਉਲਟੀਆਂ ਦੀ ਸ਼ਿਕਾਇਤ ਆਏ ਤਾਂ ਜਲਦ ਤੋਂ ਜਲਦ ਬੱਚਿਆਂ ਦੇ ਡਾਕਟਰ ਦੇ ਕੋਲ ਦਿਖਾਇਆ ਜਾਏ ਐਂਡ ਉਹਦੇ ਫਿਰ ਟੈਸਟ ਕੀਤੇ ਜਾਂਦੇ ਹੈਗੇ ਕਿ ਕਿਸ ਤਰ੍ਹਾਂ ਦਾ ਡਾਇਰੀਆ ਹੈਗਾ।